हाँ जी, गुड मॉर्निंग सारे जी। गुड मॉर्निंग, क्या हाल चालो? ठीक ठाक हो? उम्मीद करते हो कि सारे ठीक ठाक होंगे। सो थोड़ा सारे थैंक यू करते हैं कि तुसी काफ़ी साडा इंतजार करते हैगे हैं कि मॉर्निंग टाइम कदों बड़े डिपो तो लाइव होने से सानू वधी वधी वरायटी दिखा लेन। सो मैं थोड़ा अपना है जी, थोड़ा पता ही कि आप डेली थोड़े वास्ते अलग अलग काउंटर वाइज आप वरायटी शो कराई दी है। एक दिन बच्चों का समान, लेडीज़, जेंट्स, मनियारी, ज्वेलरी, शूज़ काउंटर, हैंडलूम, सूट वगैरह, तो सूट, लॉन्ग ड्रेसा, शरारे, हर तरह थोड़ा अलग अलग आप वरायटी शो कराई दी है। तो थोड़ा चंकी लगे तो साइड पर भी कराने हैं, घर भी मंगाने, तो आप भी आके लेके जाने हैं। सो अज भी आप अलग काउंटर तो अलग वरायटी लैके थोड़े नाल आप लाइव आ चुके हैं। अच्छे थोड़ा पता लगे होना पिछले महाराज, तो टौर ठप्पा बनाने वास्ते काउंटर से आप पहुंचे हैं मनियारी काउंटर। सो साडे नाल मैडम इत्थे दे इंचार्ज जी, ममता मैडम जी साडे नाल हैगे जी। मैडम जी गुड मॉर्निंग जी। गुड मॉर्निंग भाजी। होर सुनाओ, सेहत ठीक ठाक आ? हाँ जी ठीक ठाक है सर, तुसी दसो। बस ठीक है। ठंड जी लगदी कट्ठे हो खड़े आ? नहीं जी कट्ठे, ठंड ठुंड नहीं हैगी, ठंड तो हुण बाहर बहुत वा। मैं कहती एसी करके ठंड ज्यादा लगदी है ना शायद? नहीं नहीं ठंड नहीं, नहीं एसी बंद करा दीए सानू तो पहला स्टाफ जरूरी है क्योंकि काम भी लेना हुंदा, फिर तुहानू पता ही है। नहीं नहीं सर ठंड तो चल नहीं। गल्लां भी अपनी हुंदी रहनी नाल नाल, ते सानू वैरायटी दिखा लो अज वधी वधी केड़ी हैगी है। काफी तुसी खलारा जिहा पाया, की चक्कर है इह? ਕਲਾਰਾ ਸਰ ਜਿੱਦਾਂ ਸਵੇਰੇ 9 ਵਜੇ ਕਸਟਮਰ ਸ਼ੁਰੂ ਹੋ ਜਾਂਦਾ ਆ, ਆ ਕੇ ਸੈਟਿੰਗ ਸੁਟਿੰਗ ਕਰਨੀ ਹੁੰਦੀ ਆ, ਸੈਟਿੰਗ ਕਰਨ ਨੂੰ ਜਿੰਨਾ ਜਿੱਦਾਂ ਟਾਈਮ ਮਿਲ ਜਾਂਦਾ ਉਦੋਂ ਉਦੋਂ ਸੈਟਿੰਗ ਕਰੀ ਜਾਈਦੀ ਆ। ਠੀਕ ਹੈ ਜੀ। ਕਸਟਮਰ ਸਵੇਰੇ ਜਿੱਦਾਂ ਹੁਣ ਗਰਮੀ ਕਰਕੇ ਸਵੇਰੇ ਠੰਡੇ ਠੰਡੇ ਕਹਿੰਦੇ ਕਿ ਠੰਡੇ ਠੰਡੇ ਚੱਲੀਏ, 9 ਵਜੇ ਤੋਂ ਕਸਟਮਰ ਸ਼ੁਰੂ ਹੋ ਜਾਂਦਾ, 8:30-9 ਵਜੇ ਤੱਕ ਕਸਟਮਰ ਆ ਜਾਂਦਾ ਆ। ਲਓ ਜੀ, ਜਾਨੀ ਕਿ ਸਟਾਰਟਿੰਗ ਸ਼ੁਰੂ ਤੋਂ ਹੋ ਜਾਂਦੇ, ਤੁਹਾਨੂੰ ਪਤਾ ਹੀ ਆ ਕਿ ਸ਼ੋਪ ਖੋਲਦੀ ਸਾਰੇ ਹੀ ਕਸਟਮਰ ਨਾਲ ਸਟਾਰਟ ਹੋ ਜਾਂਦੇ। ਰੀਜ਼ਨ ਇਹੀ ਹੈ ਕਿ ਉਹ ਜਿਹੜੀ ਭੂ ਆ ਕੇ ਹਰ ਟਾਈਮ ਵੈਰਾਈਟੀ ਜਿੱਦੀ ਚੰਗੀ ਲੱਗਦੀ ਲੈ ਕੇ ਚੱਲ ਜਾਂਦੇ, ਨਾਲੇ ਘੱਟ ਰੇਟ ਵਿੱਚ। ਆ ਸੋਹਣੇ ਸੋਹਣੇ ਬੈਂਗਲ ਰੱਖੇ ਹੋਏ ਤੁਸੀਂ, ਤੇ ਅਲੱਗ ਅਲੱਗ ਤੁਸੀਂ ਰੱਖੇ ਹੋਆ, ਏਅਰਿੰਗ ਰੱਖੇ ਹੋਏ ਆ, ਚੌਕਰ ਰੱਖੇ ਹੋਏ, ਟਿੱਕੇ ਰੱਖੇ ਹੋਏ ਆ, ਕਲੀਰੇ ਕਾਫੀ ਤੁਸੀਂ ਖਲਾਰਾ ਹੈ ਪਾਇਆ। ਮੈਨੂੰ ਲੱਗਦਾ ਕੋਈ ਕਸਟਮਰ ਦਿਖਾ ਕੇ ਹੱਥ ਲਾ ਦੇਣਾ। ਹਾਂਜੀ ਹਾਂਜੀ ਸਰ, ਨਹੀਂ ਸ਼ਾਮੀ ਵੀ ਕਾਫੀ ਕਸਟਮਰ ਸੀਗਾ, 7:30-7:30 ਵਜੇ ਤੱਕ ਕਸਟਮਰ ਸੀਗਾ। ਖਲਾਰਾ ਜਿਹਦਾ ਜਿੰਨਾ ਕੁੰਦਾ ਉਹਨਾਂ ਕ ਸਮੇਟ ਕੇ 7:30-7:30 ਵਜੇ ਜਾਣਾ ਹੁੰਦਾ, ਫਿਰ ਅਜੇ ਫਿਲਹਾਲ ਸੈਟਿੰਗ ਕਰਦੇ ਪਏ ਆ। ਹਾਂਜੀ ਲਓ ਜੀ, ਆਪਾਂ ਗੱਲਾਂ ਨਾਲ ਤੁਹਾਨੂੰ ਵੈਰਾਈਟੀ ਦਿਖਾ ਲਓ ਕਿਹੜੀ ਕਿਹੜੀ ਕੋਈ ਨਵੀਂ ਆਈ ਹੈਗੀ ਆ। ਸੋ ਪਹਿਲਾਂ ਆਪਾਂ ਬੈਂਗਲ ਤੋਂ ਸਟਾਰਟ ਕਰ ਲਈਏ। ਬਹੁਤ ਸੋਹਣੇ ਸੋਹਣੇ ਰੱਖੇ ਹੋ ਨਾ ਪੀਸ, ਦੇਖੋ ਆਹ ਤੁਸੀਂ ਬੈਂਗਲ ਕਿਤੇ ਬਾਹਰੋਂ ਲੈਣ ਚੱਲੇ, ਮੂੰਹ ਮੰਗੇ ਰੇਟ ਮੈਨੇ ਆ, ਤੇ ਪਰ ਇੱਥੋਂ ਮੈਨੇ ਸਿਰਫ ਤੇ ਸਿਰਫ 118 ਰੁਪਏ, ਸਹੀ ਕਹਿੰਦਾ ਮੈਂ? ਹਾਂਜੀ ਸਰ, 118 ਰੁਪਏ ਦਾ। ਬੱਚਿਆਂ ਦੀਆਂ ਚੂੜੀਆਂ ਆ, ਮਲਟੀ ਕਲਰ ਦੇ ਵਿੱਚ ਬਹੁਤ ਸੋਹਣੀਆਂ ਚੂੜੀਆਂ ਆ। ਲਓ ਜੀ, ਤੁਸੀਂ ਸਹੀ ਸੁਣਿਆ, 118 ਰੇਂਜ ਤੁਸੀਂ ਲੈ ਕੇ ਜਾ ਸਕਦੇ ਹੈਗੇ। ਦੇਖੋ ਕਿੰਨੇ ਕਿੰਨੇ ਸੋਹਣੇ ਬੈਂਗਲਸ ਹੈਗੇ ਆ, ਚਾਹੇ ਤੁਸੀਂ ਪ੍ਰੀਤੀ ਲੈ ਲਓ, ਚਾਹੇ ਤੁਸੀਂ ਪ੍ਰਿੰਕਾ ਲੈ ਲਓ, ਚਾਹੇ ਤੁਸੀਂ ਸੋਨੀ ਲੈ ਲਓ, ਚਾਹੇ ਤੁਸੀਂ ਕਾਜਲ ਲੈ ਲਓ, ਤੇ ਚਾਹੇ ਤੁਸੀਂ ਕਿਸੇ ਵੀ ਬੱਚੇ ਵਾਸਤੇ ਲੈ ਕੇ ਜਾ ਸਕਦੇ ਹੈਗੇ ਆ ਸਰ। ਬਾਕੀ ਰੇਟ ਸਾਰੇ ਇੱਕੋ ਲੱਗਣਾ ਹੈਗਾ, ਇਹ ਨਹੀਂ ਕਿਸੇ ਨੇ ਪਾਰਸ਼ੈਲਿਟੀ ਕਰਨੀ, ਇੱਕ ਨੂੰ ਗਲਤ ਦੇ ਦੇਣਾ ਰੇਟ, ਉਹਨੂੰ ਜ਼ਿਆਦਾ ਲਾਣਾ, ਸਾਡੇ ਉਹ ਕੰਮ ਹੈ ਨਹੀਂ ਇੱਥੇ। ਜਿਸ ਤਰ੍ਹਾਂ ਤੁਸੀਂ ਬੱਚਾ ਚਾਹੇ ਕੋਈ ਸਿਆਣਾ ਹੈ, ਤੁਸੀਂ ਆਪਣੀ ਮਨਪਸੰਦ ਚੀਜ਼ਾਂ ਇੱਥੋਂ ਲੈ ਕੇ ਜਾ ਸਕਦੇ ਹੈਗੇ ਆ। 2 ਸਾਈਜ਼, 2x2 ਵੀ ਹੈਗਾ, 1x12 ਵੀ ਹੈਗਾ, ਦੋ ਜਾਨੀ ਕਿ ਅਲੱਗ ਅਲੱਗ ਸਾਈਜ਼ ਹੈ ਨਾ? ਸਾਈਜ਼ ਤੋਂ ਸ਼ੁਰੂ ਹੋ ਜਾਂਦੇ ਸਰ, ਸਟਾਰਟਿੰਗ ਸਾਈਜ਼ ਤੋਂ ਲੈ ਕੇ 8-10 ਸਾਲ ਦੇ ਬੱਚੇ ਦੇ ਸਾਰੇ ਸਾਈਜ਼ ਮਿਲ ਜਾਂਦੇ ਆ। ਕਿਉਂਕਿ ਅੱਜ ਕੱਲ੍ਹ ਇਹ ਕਿ ਮੰਮੀਆਂ ਕਹਿੰਦੇ ਕਿ ਅਸੀਂ ਵੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਦੀਆਂ ਚੂੜੀਆਂ ਲੈਣੀਆਂ ਆ, ਮੰਮੀਆਂ ਦੇ ਨਾਲ ਦੀਆਂ ਚੂੜੀਆਂ ਦਾ ਮਲਟੀ ਕਲਰ ਸੂਟ ਹੁੰਦੇ ਆ, ਮੰਮੀਆਂ ਨੇ ਪਾਈਆਂ ਨੇ, ਮੰਮੀ ਆਪਣੇ ਨਾਲ ਮੈਚਿੰਗ ਕਰਦੇ ਆ ਬੱਚਿਆਂ ਦੀ, ਇਸ ਕਰਕੇ ਮਲਟੀ ਕਲਰ ਦੀਆਂ ਚੂੜੀਆਂ ਬਹੁਤ ਸੋਹਣੀਆਂ ਆਈਆਂ ਹੋਈਆਂ। ਬਾਕੀ ਤੁਹਾਨੂੰ ਵੀ ਕੋਈ ਚੰਗਾ ਲੱਗਦਾ ਸਾਨੂੰ ਦੱਸ ਸਕਦੇ ਆ, ਸਾਈਡ ਤੇ ਕਰਾ ਸਕਦੇ ਆ। ਬਾਕੀ ਜਿਹੜੀ ਚੀਜ਼ ਚੰਗੀ ਲੱਗਦੀ ਤੁਸੀਂ ਦੱਸ ਸਕਦੇ ਭਾਈ, ਸਾਨੂੰ ਆਹ ਦਿਖਾ ਦਿਓ। ਸੋ ਆਪਾਂ ਤੁਹਾਨੂੰ ਉਹ ਵੀ ਦਿਖਾ ਲਾਂਗੇ, ਤੁਹਾਨੂੰ ਪਤਾ ਹੈ ਮਨਿਆਰੀ ਕਾਊਂਟਰ ਤੋਂ ਆਪਾਂ ਹਰ ਵੇਲੇ ਆਪਾਂ ਤੁਹਾਨੂੰ ਅਲੱਗ ਵੈਰਾਈਟੀ ਸ਼ੋਅ ਕਰਾਈ ਦੀ, ਹਰ ਕਾਊਂਟਰ ਤੁਹਾਨੂੰ ਅਲੱਗ ਵੈਰਾਈਟੀ ਸ਼ੋਅ ਕਰਾਈ ਦੀ, ਤੁਹਾਨੂੰ ਟੈਨਸ਼ਨ ਨਾ ਲੋਣੀ। ਵੱਡਾ ਡਿਪੂ ਆ ਕੇ ਤੁਸੀਂ ਆਪਣੇ ਮਨਪਸੰਦ ਚੀਜ਼ਾਂ ਜਿਹੜੀਆਂ ਚਾਹੀਦੀਆਂ ਲੈ ਕੇ ਜਾ ਸਕਦੇ। ਦੇਖੋ ਕਲੀਰੇ ਚਾਹੀਦੇ ਤੁਹਾਨੂੰ, ਵੈਂਗਲ ਚਾਹੀਦੇ ਆ ਤੁਹਾਨੂੰ, ਚੂੜੇ ਚਾਹੀਦੇ ਆ, ਕਲਗੀ ਚਾਹੀਦੇ ਆ, ਏਅਰਿੰਗ ਚਾਹੀਦੇ ਆ, ਨੇਲ ਪੋਲਿਸ਼, ਲਿਪਸਟਿਕ, ਕਿਸੇ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਚਾਹੀਦੀ ਹੈ। ਮਨਿਆਰੀ ਜੁੱਲੀ ਤੁਹਾਨੂੰ ਹਰ ਤਰ੍ਹਾਂ ਇੱਥੋਂ ਵੈਰਾਈਟੀ ਇੱਕ ਛੱਤ ਥੱਲੇ ਮਿਲ ਜਾਣੀ। ਆ ਦੇਖੋ ਜੀ ਕਿੰਨੇ ਕਿੰਨੇ ਪਿਆਰੇ ਏਅਰਿੰਗ ਆ ਚੁੱਕੇ ਆ, ਕਿੰਨੇ ਕਿੰਨੇ ਸੋਹਣੇ ਜੈਂਟਲੀ ਜੈਂਟਲੀ ਸ਼ੇਡਸ ਹੈਗੇ ਆ, ਸੁੱਚੇ ਮੋਤੀ ਲਾਤੇ ਆ, ਤੁਹਾਨੂੰ ਗੁੱਸਾ ਗਾਸਾ ਦੂਰੇ ਰਹਿਣਾ ਇਹ। ਤੇ ਇਹਦਾ ਭਾਅ ਕੀ ਹੈਗਾ ਮੈਡਮ? ਹੈਗਾ 1300-1400 ਰੁਪਈਆ? ਨਹੀਂ ਨਹੀਂ 1300-1400 ਤਾਂ ਬਹੁਤ ਹੋ ਗਿਆ ਸਰ, ਇਹ ਹੈਗਾ 731 ਰੁਪਈਏ। ਜੇ ਤੁਸੀਂ ਬਾਹਰੋਂ ਲਉਂਗੇ, ਜਿੱਦਾਂ ਭਾਅ ਜੀ ਨੂੰ ਉਹਨਾਂ ਨੇ ਕਿਹਾ 1300-1400 ਤੋਂ ਘੱਟ ਕਿਸੇ ਨੇ ਨਹੀਂ ਦੇਣਾ। ਜੜਾਊ ਆ ਇਹ ਭਾਅ ਜੀ, ਕੁੰਦਨ ਦਾ ਵਰਕ ਕੀਤਾ ਹੋਇਆ, ਬਹੁਤ ਸੋਹਣੇ ਸੋਹਣੇ ਪੀਸ ਆ ਇਹ। ਲਓ ਜੀ, ਬਹੁਤ ਸੋਹਣੇ, 731 ਰੁਪਏ ਦਾ ਰੇਂਜ ਆ ਇਹਦੀ, 731 ਰੇਂਜ ਤੁਸੀਂ ਲੈ ਕੇ ਜਾ ਸਕਦੇ। ਕਲਰ ਬਹੁਤ ਪਿਆਰਾ ਤੇ ਹੈਗਾ, ਜੈਂਟਲੀ ਸ਼ੇਡ ਨਾਲ ਹੈ ਨਾ? ਹਾਂਜੀ ਜੈਂਟਲੀ ਜੇ ਸ਼ੇਡ, ਅੱਜ ਕੱਲ ਇਦਾਂ ਕਿ ਡਾਰਕ ਸੂਟ ਦੇ ਨਾਲ ਲਾਈਟ ਜੁਐਲਰੀ ਪਾ ਲਓ, ਲਾਈਟ ਦੇ ਨਾਲ ਡਾਰਕ ਜੁਐਲਰੀ ਪਾ ਲਓ, ਅੱਜ ਕੱਲ ਇਦਾਂ ਕੰਬੀਨੇਸ਼ਨ ਚੱਲਦੇ ਪਏ, ਔਰ ਇਹ ਤਾਂ ਕਿਸੇ ਦੇ ਨਾਲ ਵੀ ਵੇਅਰ ਤੁਸੀਂ ਕਰ ਸਕਦੇ ਹੋ। ਤੇ ਤੁਹਾਡੇ ਕੋਲ ਆਪਸ਼ਨ ਹੈਗੀ ਆ, ਤੁਸੀਂ ਕਿਸੇ ਤਰ੍ਹਾਂ ਦੇ ਫੰਕਸ਼ਨ ਆ ਕੇ ਤੁਸੀਂ ਯੂਜ਼ ਕਰ ਸਕਦੇ, ਚੱਕ ਕੇ ਆਪਣੇ ਘਰ ਪੀ ਚੀਜ਼ ਨਾ ਤੁਸੀਂ ਵਰਤ ਸਕਦੇ ਹੈਗੇ ਨਾ, ਕਹਿਣ ਦਾ ਮਤਲਬ ਆ। ਸੋ ਤੁਹਾਡੇ ਹੱਥ ਵਾਲੇ ਬਹੁਤ ਪਿਆਰਾ ਪੀਸ ਹੈਗਾ, ਇਹ ਕੀ ਆ? ਇਹ ਵੀ ਸਰ ਝੁਮਕੀ ਆ, ਗੋਲਡਨ ਕਲਰ ਆ, ਇਹਦੇ ਵਿੱਚ ਬਹੁਤ ਸੋਹਣੀ ਚੀਜ਼ ਆ ਵੀ, ਆ ਲਓ। ਸੋ ਝੁਮਕੀ ਸੈੱਟ ਚੋਣ ਚਾਹੀਦੀ, ਉਹ ਵੀ ਲੈ ਕੇ ਜਾ, ਬਿਲਕੁਲ ਨਾਲੇ ਲਾਈਟ ਵੇਟ ਵਿੱਚ ਹੈ ਨਾ? ਹਾਂਜੀ ਹਾਂਜੀ, ਵੇਟ ਲਾਈਟ ਆ ਸਰ, ਅੱਜ ਕੱਲ੍ਹ ਜਾਣੀ ਕਿ ਸਾਰੇ ਕਹਿੰਦੇ ਕਿ ਸਾਡੀ ਜਿਹੜੀ ਆ ਸਕਿਨ ਆ ਬਹੁਤ ਸੈਂਸਿਟਿਵ ਆ, ਸਾਡੇ ਕੋਲ ਭਾਰ ਨਹੀਂ ਝੱਲ ਹੁੰਦਾ, ਸਾਡੇ ਕੋਲ ਇੱਦਾਂ ਮਤਲਬ ਲਾਈਟ ਵੇਟ ਦੇ ਆ, ਬਹੁਤ ਸੋਹਣੇ ਚੋਣੀ, ਵੇਟ ਵੀ ਲਾਈਟ ਆ ਔਰ ਰੇਟ ਵੀ ਲਾਈਟ ਆ। ਲਓ ਜੀ, ਵੇਟ ਔਰ ਰੇਟ ਤੁਸੀਂ ਦੋਨੇ ਲਾਈਟ ਵੇਟ ਤੇ ਲੈ ਕੇ ਜਾ ਸਕਦੇ ਹੈਗੇ ਆ। ਇਦਾਂ ਹੁੰਦੀ ਜੇ ਆਪਾਂ ਕੰਨਾਂ ਦੇ ਪਾਲੇ, ਕੰਨ ਵਿਚਾਰੇ ਲਮਕੇ ਜਾਂਦੇ ਆ, ਵਿਚਾਰੀ ਫਿਰ ਬੈਫਤਾ ਪੈ ਜਾਂਦੀ ਆ, ਵਿਚਾਰੇ ਫਿਰ ਥੱਲੇ ਕੀ ਉਹ ਖੁੱਲ ਜਾਂਦੇ ਕੰਨ ਥੱਲੇ, ਖੁੱਲ ਜਾਂਦੇ ਆ ਕੰਨ, ਫਿਰ ਬੀਬੀਆਂ ਕਹਿੰਦੀਆਂ ਸਾਨੂੰ ਟਾਂਕੇ ਲਵਾਉਣੇ ਪੈਂਦੇ, ਇਸ ਕਰਕੇ ਅਸੀਂ ਰੇਟ ਔਰ ਵੇਟ ਦੋਨੋਂ ਹੀ ਲਾਈਟ ਰੱਖੇ ਹੋਏ ਆ।
ਸੇਫਟੀ ਮਹਿਸੂਸ ਕਰਨੀ ਚਾਹੁੰਦੇ ਸਾਰੇ ਨਾ ਕਿ ਸਾਨੂੰ ਸੇਫ ਰਹਿਣ ਵਾਸਤੇ ਵਧੀਆ ਵਧੀਆ ਸਾਨੂੰ ਚੀਜ਼ਾਂ ਘੱਟ ਰੇਟ 'ਤੇ ਮਿਲ ਜਾਣ, ਸੋ ਤੁਹਾਨੂੰ ਵੱਡਾ ਡਿਪੂ ਦੇ ਰਿਹਾ ਘੱਟ ਰੇਟ ਵਿੱਚ ਵਧੀਆ ਵਧੀਆ ਚੀਜ਼ਾਂ, ਸੋ ਇਹਨੂੰ ਆਪਾਂ ਚੱਕ ਕੇ ਸਾਈਡ 'ਤੇ ਕਰ ਦਿੰਦੇ ਮੈਡਮ, ਸਾਨੂੰ ਹੋਰ ਡਿਜ਼ਾਇਨ ਡਿਫਰੈਂਟ ਦਿਖਾ ਦਿਓ, ਅਲੱਗ ਸਟਾਈਲ 'ਤੇ ਦਿਖਾਓ। ਇੱਕ ਸਰ ਆ ਵੀ ਏਅਰਿੰਗ ਆ, ਆ ਲਓ ਬਹੁਤ ਸੋਹਣਾ ਪੀਸ ਵਾ, ਆ ਲਓ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਹੋਰ ਤੁਹਾਨੂੰ। ਇਹ 525 ਰੁਪਏ ਦੀ ਰੇਂਜ ਆ, ਟਿੱਕਾ ਨਾਲ ਹੀ ਆ, ਟਿੱਕਾ ਨਾਲ ਹੀ ਆ ਸਰ, ਬਹੁਤ ਸੋਹਣਾ। ਚਾਹੇ ਇਹਨੂੰ ਸਾਈਡ 'ਤੇ ਲਾ ਲਓ ਤੁਸੀਂ, ਚਾਹੇ ਜਿਹੜਾ ਮੱਥਾ ਪੱਟੀ ਹੁੰਦਾ ਮਾਂਗ ਟਿੱਕਾ ਉਹ ਕਰ ਲਓ, ਚੀਜ਼ ਬਹੁਤ ਸੋਹਣੀ ਆ। ਲਓ ਜੀ ਸੋਬਰ ਸੋਬਰ ਤੁਹਾਨੂੰ ਪੀਸ ਦੇਣੇ ਹੈਗੇ ਆ, ਡੀਸੈਂਟ ਇਹ ਪੀਸ। ਦੇਖੋ ਟਿੱਕਾ ਮੈਂ ਚੱਕ ਕੇ ਦਿਖਾ ਦੇਣਾ, ਦੇਖੋ ਟਿੱਕਾ ਕਿੰਨਾ ਪਿਆਰਾ ਹੈਗਾ ਆ। ਇਹ 'ਚ ਕਲਰ ਹੈਗੇ ਮੈਡਮ ਹੋਰ ਲੱਗ? ਹਾਂਜੀ ਸਰ, ਕਲਰ ਹੈਗੇ ਇਹਦੇ ਵਿੱਚ, ਤਕਰੀਬਨ ਸਾਰੇ ਕਲਰ ਮਿਲ ਜਾਣਗੇ। ਨਵੇਂ ਪੀਸ ਆਏ ਤਕਰੀਬਨ ਸਾਰੇ ਕਲਰ ਅਵੇਲੇਬਲ ਆ। ਜੇ ਤੁਹਾਨੂੰ ਕੋਈ ਚੀਜ਼ ਇਹਨਾਂ 'ਚੋਂ ਚੰਗੀ ਲੱਗਦੀ ਤੁਸੀਂ ਸਕਰੀਨ ਸ਼ੋਟ ਲੈ ਕੇ ਲੈ ਸਕਦੇ ਹੋ। ਲਓ ਜੀ ਤੁਸੀਂ ਸਾਈਡ 'ਤੇ ਵੀ ਕਰਾ ਸਕਦੇ ਆ ਸਕਰੀਨ ਸ਼ੋਟ ਲੈ ਕੇ, ਤੁਸੀਂ ਘਰ ਵੀ ਮੰਗਵਾ ਸਕਦੇ ਸਾਡੇ। ਤੁਸੀਂ ਔਨਲਾਈਨ ਸ਼ੋਪਿੰਗ ਕਰਨੀ ਚਾਹੁੰਦੇ, ਸਕਰੀਨ ਦੇ ਦਿੱਤੇ ਹੋਏ ਨੰਬਰਾਂ 'ਚ ਵੀਡੀਓ ਕਾਲ ਕਰਕੇ ਜਿਹੜੀ ਚੀਜ਼ ਤੁਸੀਂ ਮੰਗਵਾਉਣੀ ਚਾਹੁੰਦੇ ਮੰਗਾ ਸਕਦੇ ਮੈਡਮ। ਸਾਨੂੰ ਹੋਰ ਡਿਫਰੈਂਟ ਡਿਫਰੈਂਟ ਦਿਖਾਈ ਚਲੋ, ਕਿਉਂਕਿ ਟਾਈਮ ਦੀ ਘਾਟ ਹੋਣ ਕਰਕੇ ਤੁਹਾਨੂੰ ਪਤਾ ਨਾ ਘੱਟ ਸਮੇਂ ਵਿੱਚ ਆਪਾਂ ਵੱਧ ਤੋਂ ਵਰਾਇਟੀ ਦਿਖਾ ਦੇਣ ਦੀ ਕੋਸ਼ਿਸ਼ ਕਰਨੀ ਹੈਗੀ ਆ। ਇੱਕ ਸਰ ਆਹ ਵਾਲੀ ਚੁਮਕੀ ਦੇ ਵਿੱਚ ਬਹੁਤ ਸੋਹਣੀ ਪੀਸ ਆ, ਇਹ 238 ਰੁਪਏ ਦੀ ਰੇਂਜ ਆ, ਗੋਲਡਨ ਕਲਰ ਆ, ਹਰੇਕ ਦੇ ਨਾਲ ਵੇਅਰ ਹੋਣ ਵਾਲੀ ਚੀਜ਼ ਆ। ਲਓ ਜੀ 238 ਰੁਪਏ ਰੇਂਜ ਤੁਸੀਂ ਲੈ ਕੇ ਜਾ ਸਕਦੇ, ਨਾਲੇ ਬਿਲਕੁਲ ਲਾਈਟ ਵੇਟ 'ਚ ਹੈ। ਦੇਖੋ ਝੁਮਕੀ ਸਟਾਈਲ ਆ, ਜੇ ਤੁਸੀਂ ਪਾਲਣਾ ਕਰਨਾ ਪਤਾ ਨਹੀਂ ਲੱਗਣਾ ਪਾਏ ਕਿ ਨਹੀਂ ਪਾਇਆ ਤੁਸੀਂ, ਐਂ ਜਾਣੀ ਕਿ ਫ੍ਰੀ ਫ੍ਰੀ ਮਹਿਸੂਸ ਕਰਨਾ ਆਪਣੇ ਆਪ ਨੂੰ, ਬਿਲਕੁਲ ਨਾਲੇ ਲਾਈਟ ਵੇਟ ਵਿੱਚ ਹੈ ਨਾ। ਸੋ ਇੱਦਾਂ ਨਹੀਂ ਤੁਹਾਡੇ ਕੰਨ ਥੱਲੇ ਲਮਕੀ ਜਾਣੇ ਉਹ ਕੰਮ ਨਹੀਂ ਇੱਥੇ ਹੈਗਾ। ਤੁਹਾਨੂੰ ਬਿਲਕੁਲ ਲਾਈਟ ਵੇਟ ਵਿੱਚ ਦੇਣੀ ਹੈ, ਵੇਟ ਵੀ ਲਾਈਟ ਆ ਅਤੇ ਰੇਟ ਵੀ ਲਾਈਟ ਵਾ, ਹੈ ਨਾ। ਦੇਖੋ ਤੁਹਾਡੇ ਵਾਸਤੇ ਆਪਾਂ ਸਾਈਡ 'ਤੇ ਕਰ ਦਿੱਤੇ, ਚੰਗਾ ਲੱਗਦਾ ਸਾਈਡ ਤੁਸੀਂ ਕਰਵਾ ਸਕਦੇ ਹੈਗੇ ਆ ਅਤੇ ਘਰ ਵੀ ਮੰਗਵਾ ਸਕਦੇ ਹੈਗੇ ਜੀ। ਟੋ ਠੱਪਾ ਤੁਹਾਡਾ ਬਣਨਾ ਪੂਰਾ, ਅਤੇ ਜੋ ਤੁਸੀਂ ਪਾ ਲੈਣਾ ਤੁਸੀਂ ਸਾਈਡ 'ਤੇ ਰੱਖਣਾ, ਤੁਹਾਡੇ ਆਂਢੀ ਗੁਆਂਢੀ ਵਿਆਹ ਜਾਣੇ ਉਹਨੇ ਆਪੇ ਆਉਣਾ। ਪ੍ਰੀਤੀ ਨੇ ਕਹਿਣਾ ਮਿੰਦੋ ਨੇ ਪਾਇਆ ਸੀਗਾ ਆਪਣੇ ਭੈਣ ਦੇ ਵਿਆਹ 'ਚ, ਮੈਂ ਉਹ ਤਾਂ ਲੈ ਲਵਾਂ, ਉਹਨੇ ਕਿਹੜਾ ਪਾਉਣਾ ਹੁਣ ਘਰ ਰੱਖਿਆ ਹੋਣਾ, ਫਿਰ ਮਿੰਦੋ ਨੇ ਨਾਂਹ ਨਹੀਂ ਕਰਨੀ ਹੈ ਨਾ। ਮਿੰਦੋ ਨੇ ਨਾਂਹ ਨਹੀਂ ਕਰਨੀ ਜੀ, ਅੱਜ ਕੱਲ੍ਹ ਫਿਰ ਪਤਾ ਅੱਜ ਕੱਲ੍ਹ ਜਿੱਦਾਂ ਇੱਦਾਂ ਦੀ ਹੈ ਨਹੀਂ ਵੀ ਮੇਰੇ ਕੋਲ ਹੈਗੀ ਤਾਂ ਮੈਂ ਦੇਵਾਂ ਨਾ ਚੀਜ਼, ਇੱਦਾਂ ਦਾ ਕੁਛ ਨਹੀਂ ਹੈਗਾ। ਮਿੰਦੋ ਛਿੰਦੋ ਸਭ ਅੱਜ ਕੱਲ੍ਹ ਇੱਕੋ ਜਿਹੀ ਚੀਜ਼ ਪਾ ਲੈਂਦੀਆਂ ਆ, ਪਾ ਲੈਂਦੀਆਂ ਬਾਕੀ ਦੂਜੇ ਕੋਲੋਂ ਲੈ ਕੇ ਪਾ ਹੁੰਦਾ ਨਹੀਂ। ਅੱਗੇ ਹੁੰਦਾ ਸੀਗਾ ਵੀ ਨਹੀਂ ਜੀ ਅਸੀਂ ਨਹੀਂ ਦੇਣੀ, ਇੱਕੋ ਤਾਂ ਸਾਡੇ ਕੋਲ ਚੀਜ਼ ਵਾ। ਅੱਜ ਕੱਲ੍ਹ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਜੀ ਸਾਡੇ ਕੋਲ ਹੈ ਕੀ ਆ। ਅੱਜ ਕੱਲ੍ਹ ਜਿਹੜੀ ਇਹਨਾਂ ਚੀਜ਼ ਅਸੀਂ ਪਾ ਲਈ ਕਿਸੇ ਦੂਜੇ ਬੰਦੇ ਨਾਲ ਪਾਈ ਹੋਵੇ, ਅੱਜ ਕੱਲ੍ਹ ਪਿਆਰੇ ਇੱਦਾਂ ਪੈ ਗਿਆ ਆ। ਅੱਗੇ ਹੁੰਦਾ ਸੀ ਭਾਜੀ ਇੱਦਾਂ ਜਿੱਦਾਂ, ਅੱਜ ਕੱਲ੍ਹ ਪਿਆਰੇ ਇੱਦਾਂ ਪੈ ਗਿਆ, ਕੋਈ ਆਪਣੀ ਚੀਜ਼ ਕਿਸੇ ਨੂੰ ਦੇ ਕੇ ਰਾਜੀ ਨਹੀਂ ਹੈਗਾ। ਮੇਰਾ ਕਹਿਣ ਦਾ ਮਤਲਬ ਆ ਇਹ ਨਹੀਂ ਕਿ ਆਪਣਾ ਪਿਆਰ ਇਹ ਪੈ ਗਿਆ ਕਿ ਸਾਰੇ ਚੱਕ ਲੈ ਵਰਤ ਲਓ। ਅੱਜ ਕੱਲ੍ਹ ਕਹਿੰਦੇ ਜਿਹੜੀ ਮੇਰੀ ਚੀਜ਼ ਉਹ ਮੇਰੀ ਆ, ਦੂਜਾ ਕਿਤਾ ਪਾਲਵੇ, ਦੂਜਾ ਕਿਤਾ ਪਾਲਵੇ, ਬਿਲਕੁਲ ਬਿਲਕੁਲ। ਬਾਕੀ ਇੱਦਾਂ ਟੈਨਸ਼ਨ ਲੈਣ ਲੋੜ ਨਹੀਂ, ਅਤੇ ਪਿਆਰ ਨਾਲ ਬਸ ਜ਼ਿੰਦਗੀ ਬਤੀਤ ਕਰੋ ਅਤੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਜਿੰਨਾ ਟਾਈਮ ਨਿਕਲ ਜਾਂਦਾ ਨਾ ਪਿਆਰ ਨਾਲ ਵਧੀਆ ਆ। ਇੱਕ ਆਹ ਸਰ ਸੈੱਟ ਆ ਬਹੁਤ ਸੋਹਣਾ, ਇਹਦੇ ਨਾਲ ਏਅਰਿੰਗ ਵੀ ਸੋਹਣੇ ਆ, ਟਿੱਕਾ ਵੀ ਸੋਹਣਾ ਆ। ਇਹ 1200 ਦੀ ਰੇਂਜ ਆ, ਹੈਵੀ ਦੇ ਵਿੱਚ ਪੀਸ ਹੋਇਆ ਇਹ, ਚਾਹੇ ਤੁਸੀਂ ਬ੍ਰਾਈਡਲ ਦੇ ਵੀ ਪਾ ਸਕਦੇ ਹੋ, ਬਹੁਤ ਸੋਹਣਾ ਪੀਸ ਹੋਇਆ ਇਸ ਤਰ੍ਹਾਂ। ਆ ਲਓ ਇਹਦੇ ਬਾਰੇ ਘੁੰਗਰੂ ਜੀ ਆਏ, ਮੋਤੀ ਬਹੁਤ ਛਣਕਦੇ ਨਾਲ ਹੈਗੇ, ਰੰਗ ਬਿਰੰਗੇ ਰੰਗ ਬਿਰੰਗੇ ਮਲਟੀ ਕਲਰ ਆ ਸਰ। ਹੈਵੀ ਦੇ ਵਿੱਚ ਜਿੱਦਾਂ ਕੋਈ ਮਤਲਬ ਕਿ ਕਹਿੰਦੇ ਕਿ NRI ਆਉਂਦੇ ਆ ਕਿ ਸਾਨੂੰ ਹੈਵੀ ਹੈਵੀ ਚਾਹੀਦੇ ਆ, ਬਹੁਤ ਸੋਹਣੇ ਸੋਹਣੇ ਪੀਸ ਆਏ ਹੋਏ ਆ। ਹੈਵੀ ਦੇ ਵਿੱਚ ਬਹੁਤ ਵਰਾਇਟੀ ਆਈ ਹੋਈ ਹੈ ਇਸ ਵਾਰ। ਨਾਲੇ ਗੱਲ ਹੈਗੀ ਮੇਨ, ਇਹ ਮੈਨੂਫੈਕਚਰ ਜਿਹੜੀ ਹੈਗੀ ਸਾਰੀ ਆਪਣੀ ਕਾਰੀਗਰਾਂ ਨੇ ਆਪਣੇ ਖੁਦ ਤਿਆਰ ਕਰਾਉਂਦੇ ਹੈਗੇ ਆ, ਇਸ ਕਰਕੇ ਤੁਹਾਨੂੰ ਇਹ ਘੱਟ ਰੇਟ 'ਤੇ ਵਧੀਆ ਵਧੀਆ ਚੀਜ਼ਾਂ ਪ੍ਰੋਵਾਈਡ ਕਰਕੇ ਦਿੰਦੇ ਹੈਗੇ। ਦੇਖੋ ਬਿਲਕੁਲ ਲਾਈਟ ਜਿਹਾ ਵੇਟ ਹੈ, ਡੀਸੈਂਟ ਪੀਸ ਆ, ਲੁੱਕ ਵਾਈਜ਼ ਸੋਹਣਾ। ਨਾਲੇ ਜਦੋਂ ਤੁਸੀਂ ਪਾਲਣ ਮਾਰੇ ਤੁਹਾਡੀਆਂ ਸਹੇਲੀਆਂ ਵੀ ਤੁਹਾਨੂੰ ਫਰਿੰਡਾਂ ਵੀ ਤੁਹਾਨੂੰ ਨਾ ਗਲ ਤੋਂ ਗਲ ਲਾ ਕੇ ਮਹਿਣ ਤੋਂ ਪਹਿਲਾਂ ਦੇਖੋਗੇ ਤੁਹਾਡਾ ਸੈੱਟ ਪਾਇਆ ਕਿੱਥੋਂ ਲੈ ਕੇ ਆਉਣਾ। ਪਹਿਲਾਂ ਸੈੱਟ ਦੇਖ ਕੇ ਆਵਾਂ, ਉਹਦੇ ਕੋਲ ਜਾ ਕੇ ਦੇਖ ਕੇ ਆਵਾਂ, ਪੁੱਛਣਾ ਸੈੱਟ ਲਿਆਂਦਾ ਕਿੱਥੋਂ ਆ। ਸਾਹਮਣੇ ਬੀਬੀਆਂ ਪਕੌੜੇ ਖਾਂਦੀਆਂ ਨੇ, ਧਿਆਨ ਸਾਡਾ ਸੈੱਟ 'ਤੇ ਪੈਣਾ ਨਹੀਂ, ਪਕੌੜੇ ਛੱਡ ਦੇਣਾ ਖਾਂਦੇ ਨੇ, ਇੱਧਰ ਰੱਖ ਦੇਣਾ। ਇਹ ਕਰਤਾਰੀ ਉਹਦੇ ਕਿੰਨਾ ਸੋਹਣੇ ਜਿਹਨਾਂ ਕੁੜੀਆਂ ਸੈੱਟ ਪਾਏ ਆ। ਕੋਈ ਨਹੀਂ ਬੀਬੀ ਤੂੰ ਪਕੌੜੇ ਖਾ, ਮੈਂ ਪੁੱਛ ਕੇ ਆਉਣੀ ਬਾਅਦ 'ਚ ਇਹ ਕਿੱਥੋਂ ਲੈ ਕੇ ਆਉਂਦਾ, ਫਿਰ ਦੱਸਣਾ ਕਿੱਥੋਂ ਵੱਡੇ ਡਿਪੂ ਤੋਂ ਲੈ ਕੇ ਆਉਂਦਾ। ਸੋ ਮਾਰਾ ਟੈਨਸ਼ਨ ਲੈਣ ਲੋੜ ਨਹੀਂ, ਤੁਹਾਨੂੰ ਸਾਰੀ ਤਰ੍ਹਾਂ ਦੀ ਵਧੀਆ ਵਧੀਆ ਵਰਾਇਟੀਆਂ ਦਿਖਾ ਲੈਣੀ ਵੱਡੇ ਡਿਪੂ। ਦੇਖੋ ਕਿੰਨੇ ਕਿੰਨੇ ਪਿਆਰੇ ਡਿਜ਼ਾਇਨਿੰਗ ਹੈਗੀ ਆ, ਅਲੱਗ ਅਲੱਗ ਸਟਾਈਲ ਹੈਗਾ ਅਤੇ ਅਲੱਗ ਅਲੱਗ ਤੁਹਾਡਾ ਮਾਰਾ ਰੇਟ ਹੈਗਾ ਨਾ। ਹਾਂਜੀ, ਸੋ ਵਿੱਚ ਹੋਰ ਡਿਫਰੈਂਟ ਤੁਹਾਨੂੰ ਸਟਾਈਲ ਦਿਖਾਓ ਕੁਛ। ਆ ਲਓ ਤਾਂ ਸਰ ਆਹ ਆਏਗਾ 312 ਰੁਪਏ ਦੀ ਰੇਂਜ ਆ, ਇਹ ਵੀ ਲਾਈਟ ਵਾ, ਜਿੱਦਾਂ ਬੱਚੇ ਪਾ ਲੈਣ, ਥੋੜ੍ਹੇ ਆਪਣੇ ਥੋੜ੍ਹਾ ਏਜ ਵੀ ਪਾ ਸਕਦੇ ਆ ਬੱਚਿਆਂ ਦੇ ਵਿੱਚ, ਜਿੱਦਾਂ ਕਹਿੰਦੇ ਕਿ ਲਾਈਟ ਵੇਟ ਚਾਹੀਦੇ ਬੱਚਿਆਂ ਵਾਲਾ, ਬਹੁਤ ਸੋਹਣੇ ਸੋਹਣੇ ਪੀਸ ਆ ਇਹ ਵੀ। ਇਹ ਹੈਗਾ ਜੀ 312 ਰੁਪਏ ਦੀ ਰੇਂਜ ਆ, ਸਿਰਫ 312 ਰੁਪਏ, ਸਿਰਫ 312 ਸਰ। ਬਾਹਰੋਂ ਤੁਹਾਨੂੰ 500-600 ਤੋਂ ਘੱਟ ਕਿਸੇ ਨੇ ਦੇਣਾ ਨਹੀਂ ਹੈਗਾ, ਔਰ ਸਾਨੂੰ ਕਸਟਮਰ ਖੁਦ ਆ ਕੇ ਦੱਸ ਕੇ ਜਾਂਦਾ ਕਿ ਅਸੀਂ ਇੰਨੇ ਦੀ ਚੀਜ਼ ਲੈ ਕੇ ਆਏ ਹਾਂ। 500 ਤੋਂ ਰੈਂਟ ਲਈ ਜਾਂਦੇ ਆ ਜੀ, ਰੈਂਟ 500-600 ਤਾਂ ਘੱਟ ਵਾ, 500 2-3 ਹਜ਼ਾਰ ਤੋਂ ਰੈਂਟ ਘੱਟ ਨਹੀਂ ਕੋਈ ਵੀ ਲੈਂਦਾ ਭਾਜੀ। ਸੋ ਦੇਖੋ ਆਪਾਂ ਨਾਲ ਚੁੱਕ ਕੇ ਸਾਈਡ ਦੇ ਕਰਦੇ, ਕਿਉਂਕਿ ਅਸੀਂ ਤਾਂ ਕਦੇ ਜਾਂਦੇ ਨਹੀਂ ਹੈਗੇ ਬਾਹਰ, ਸਾਨੂੰ ਤਾਂ ਕਸਟਮਰ ਆ ਕੇ ਇਹ ਦੱਸ ਕੇ ਜਾਂਦਾ ਕਿ ਅਸੀਂ ਇੰਨੇ ਦੀ ਚੀਜ਼ ਉੱਥੋਂ ਲੈ ਕੇ ਆਏ ਹਾਂ, ਕਿਉਂਕਿ ਸਰ ਅਸੀਂ ਤਾਂ ਸਾਰਾ ਦਿਨ ਡਿਪੂ 'ਚ ਰਹੀਦਾ ਆ, ਆਪਣੀ
ਹੈਵੀ ਪੀਸ ਨਹੀਂ ਹੈਗੇ, ਲੁੱਕ ਹੈਵੀ ਆ, ਵੇਟ ਨਹੀਂ ਹੈਵੀ ਹੈਗਾ ਇਹਨਾਂ ਦੀ। ਲਓ ਜੀ, ਵੇਟ ਨਹੀਂ ਹੈਵੀ ਹੈਗਾ ਨਾ ਰੇਟ ਹੈਵੀ ਹੈਗਾ, ਪਸੰਦ ਆਉਣ ਤੁਹਾਡੀ ਆ, ਤੁਸੀਂ ਦੇਖਣਾ ਕਿਹੜਾ ਕਲਰ ਲੈਣਾ ਤੇ ਕਿਹੜਾ ਸਟਾਈਲ ਲੈਣਾ। ਤੁਸੀਂ ਇਹ ਲੈਣ ਜਾਓਗੇ ਤੁਹਾਨੂੰ 3000 ਤੋਂ ਘੱਟ ਕਿਸੇ ਨੇ ਰੈਂਟ ਨਹੀਂ ਦੇਣਾ ਹੈਗਾ, ਔਰ ਸਾਡੇ ਕੋਲ ਤੁਹਾਨੂੰ ਇਹ ਮਿਲਣਾ 2538 ਰੁਪਏ ਦਾ। ਸਾਡੇ ਕੋਲ ਤੁਸੀਂ ਆਪਣਾ ਬਾਏ ਕਰਕੇ ਲਿਜਾ ਸਕਦੇ ਹੋ, ਔਰ ਬਾਅਦ ਵਿੱਚ ਵੀ ਤੁਹਾਡੇ ਕੰਮ ਆਉਣ ਵਾਲੀਆਂ ਚੀਜ਼ਾਂ, ਇਹ ਨਹੀਂ ਕਿ ਤੁਸੀਂ ਬਾਅਦ ਵਿੱਚ ਇਹਨਾਂ ਨੂੰ ਪਾ ਨਹੀਂ ਸਕਦੇ, ਵੇਅਰ ਨਹੀਂ ਕਰ ਸਕਦੇ, ਬਾਅਦ ਵਿੱਚ ਤੁਹਾਡੇ ਕੰਮ ਆਉਣ ਵਾਲੀ ਚੀਜ਼ਾਂ ਆ ਇਹ, ਔਰ ਬਾਹਰੋਂ ਤੁਸੀਂ 3000 ਦਾ ਰੈਂਟ ਦੇ ਕੇ ਵੀ ਸਾਨੂੰ ਇਹੀ ਡਰ ਪਿਆ ਰਹਿੰਦਾ ਹੈ ਕਿਤੇ ਖਰਾਬ ਨਾ ਹੋ ਜਾਵੇ, ਕਿਤੇ ਸਾਨੂੰ ਵਾਧੂ ਪੈਸੇ ਨਾ ਦੇਣੇ ਪੈ ਜਾਣ। ਚਾਹੇ ਤੁਸੀਂ ਪਾ ਕੇ, ਚਾਹੇ ਤੁਸੀਂ ਕਰਤਾਰੀ, ਚਾਹੇ ਤੁਸੀਂ ਮਿੰਦੋ ਨੂੰ, ਚਾਹੇ ਤੁਸੀਂ ਪ੍ਰੀਤ ਨੂੰ, ਚਾਹੇ ਤੁਸੀਂ ਸੰਤੀ ਨੂੰ, ਤੁਸੀਂ ਪੰਮਾ ਕਿਰਾਏ ਤੇ ਦੇ ਦਿਓ, ਕੋਈ ਟੈਨਸ਼ਨ ਨਹੀਂ ਹੈਗਾ, ਕੋਈ ਟੈਨਸ਼ਨ ਨਹੀਂ, ਤੁਸੀਂ ਅੱਗੇ ਜਿਹਨੂੰ ਮਰਜ਼ੀ ਕਿਰਾਏ ਤੇ ਦਿਓ, ਪਰ ਸਾਡੇ ਕੋਲੋਂ ਕਿਰਾਏ ਦੇ, ਸਾਡੇ ਕੋਲ ਸਿਰਫ 2538 ਰੁਪਏ ਦਾ, ਤੁਸੀਂ ਜਿੰਨਾ ਮਰਜ਼ੀ ਲਈ ਜਾਓ ਉਤੋਂ। ਲਓ ਜੀ, ਸਾਕੋ ਰੇਟ ਕੋਈ ਹੈਗਾ ਨਾ ਘਾਟਾ ਨਾ ਵੱਧ ਹੈਗਾ, ਉਹਦਾ ਰੀਜ਼ਨ ਇਹੀ ਆ, ਵੱਧ ਕਦੀ ਲਾਇਆ ਨਹੀਂ ਤੇ ਘੱਟ ਕਦੀ ਕੀਤਾ ਨਹੀਂ, ਹਰ ਕਿਤੇ ਉੱਪਰ ਟੈਗ ਲੱਗਿਆ ਹੋਇਆ, ਯਾਨੀ ਕਿ ਮੱਥਾ ਦੇਖ ਕੇ ਬਿੰਦੀ ਲਾਉਣੀ ਹੈ, ਕਿ ਮੱਥਾ ਛੋਟਾ ਬਿੰਦੀ ਵੱਡੀ ਲਾਓ ਚੰਗੀ ਲੱਗਦੀ ਹੈ ਨਾ। ਸੋ ਮਹਾਰਾਜ ਹਿਸਾਬ ਨਾਲ ਲਾਉਣੀ ਪੈਂਦੀ ਹੈ ਕਿ ਮਹਾਰਾਜ ਆਹ ਚੀਜ਼ ਵਧੀਆ ਸਾਨੂੰ ਦੇਣੀ ਆਪਾਂ ਘੱਟ ਰੇਟਾਂ ਦੇ, ਅਤੇ ਤੁਸੀਂ ਇਹੀ ਚੀਜ਼ਾਂ ਬਾਹਰੋਂ ਲੈ ਰਹੇ, ਲੁੱਟ ਹੋ ਰਹੇ ਆ, ਇਸ ਕਰਕੇ ਲੁੱਟ ਤੋਂ ਵੀ ਬਚ ਲਓ, ਧੁੱਪ ਤੋਂ ਵੀ ਬਚ ਲਓ, ਵੱਡੀ ਪਵਾ ਕੇ ਜਿਹੜੀ ਚੰਗੀ ਲੱਗਦੀ ਚੀਜ਼ ਲੈ ਜਾਓ। ਮੈਡਮ ਤਾਂ ਡਿਆਨੀ ਡਿਫਰੈਂਟ ਦਿਖਾਤੀ ਸੀ। ਹਾਂਜੀ ਹਾਂਜੀ, ਡਿਫਰੈਂਟ ਡਿਫਰੈਂਟ ਡਿਜ਼ਾਈਨਿੰਗ ਆ ਸਰ, ਅੱਜ ਕੱਲ੍ਹ ਜਿੱਦਾਂ ਚੱਲਦਾ ਹੀ ਆਹੀ ਕੁਛ, ਜਿੱਦਾਂ ਆਹ ਚੀਜ਼ਾਂ ਨਵੀਆਂ ਨਵੀਆਂ ਚੀਜ਼ਾਂ ਆ, ਸਾਰੀਆਂ ਨੈੱਟ ਵਾਲੀਆਂ ਚੀਜ਼ਾਂ ਕਹਿ ਲਓ ਜਾਂ ਕਿੱਦਾਂ ਜੋ ਮਰਜ਼ੀ ਕਹਿ ਲਓ, ਕਿ ਹਰ ਚੀਜ਼ ਇਹੀ ਚੀਜ਼ ਚੱਲਦੀ ਪਈ ਆ, ਬਹੁਤ ਸੋਹਣੇ ਸੋਹਣੇ ਪੀਸ ਆ, ਰੇਟ ਘੱਟ, ਵੇਟ ਲਾਈਟ, ਚੀਜ਼ ਬਹੁਤ ਸੋਹਣੀ ਆ। ਲਓ ਜੀ, ਅਲੱਗ ਅਲੱਗ ਡਿਜ਼ਾਈਨਿੰਗ ਤੁਹਾਨੂੰ ਸਾਰੇ ਤਰ੍ਹਾਂ ਦੇ ਮਿਲ ਜਾਣਗੇ, ਕਲਰ ਦੀ ਨਹੀਂ ਕੋਈ ਕਹਿੰਦੇ ਕਿ ਕਲਰ ਸਾਨੂੰ ਇੱਦਾਂ ਚਾਹੀਦਾ, ਕਲਰ ਤੁਹਾਨੂੰ ਤਕਰੀਬਨ ਸਾਰੇ ਮਿਲ ਜਾਂਦੇ ਆ, ਕੋਈ ਇੱਕ ਅੱਧਾ ਹੁੰਦਾ ਕਿ ਵਿੱਚੋਂ ਕਹਿੰਦੇ ਕਿ ਵੇਚ ਗਿਆ ਜਾਂ ਕਿੱਦਾਂ ਆ, ਮਿਸ ਹੋ ਜਾਂਦਾ ਹੈ, ਬਟ ਕਲਰ ਸਾਰੇ ਤਰ੍ਹਾਂ ਦੇ ਮਿਲ ਜਾਂਦੇ। ਜੇ ਕਿਸੇ ਨੂੰ ਲੱਗਦਾ ਕਿ ਸਾਨੂੰ ਆਰਡਰ ਦੇ ਕੋਈ ਆਰਡਰ ਦੇ ਕੇ ਪੀਸ ਮੰਗਵਾਉਣਾ ਚਾਹੁੰਦਾ, ਸਾਨੂੰ ਆਰਡਰ ਦੇ ਕੇ ਤੁਸੀਂ ਪੀਸ, ਅਸੀਂ ਤੁਹਾਨੂੰ ਪੀਸ ਵੀ ਮੰਗਵਾ ਕੇ ਦੇ ਸਕਦੇ ਹਾਂ। ਸੋ ਕਾਫੀ ਸਾਨੂੰ ਵਰਾਇਟੀ ਆਪਾਂ ਦੇਣੀ ਹੈਗੀ, ਅਲੱਗ ਅਲੱਗ ਤੁਹਾਨੂੰ ਸਟਾਈਲ ਦਿਖਾ ਲੈਣੇ ਹੈਗੇ ਆ, ਜੋ ਚੰਗਾ ਲੱਗਦਾ ਸਾਈਡ ਤੇ ਕਰੋ, ਮੈਨੂੰ ਇਦਾਂ ਕਰੋ, ਮੈਨੂੰ ਪਤਾ ਤੁਹਾਡੇ ਕੋਲ ਹੋਏਗਾ ਤਾਂ ਕਾਫੀ ਹੈਗਾ ਇਹ ਸਮਾਨ ਜਿਹਾ, ਸੋ ਸਾਨੂੰ ਹੋਰ ਡਿਫਰੈਂਟ ਜੇ ਕੋਈ ਚੀਜ਼ ਦਿਖਾ ਦਿਓ। ਡਿਫਰੈਂਟ ਸਰ ਆ ਏਅਰਿੰਗ ਪਏ ਆ, ਦੇਖੋ ਨਵੇਂ ਡਿਜ਼ਾਈਨ ਦੇ ਆਏ, ਦਿਖਾ ਦਿਓ ਮਾਰੇ ਕੋਲੇ ਪਿਆ ਛੱਤਾ ਜਾ, ਦਿਖਾਓ ਮਾਰੇ ਚੱਕ ਕੇ ਸਾਈਡ ਤੇ ਕਰ ਦਿਓ ਤੁਹਾਨੂੰ, ਚਾਹ ਚੱਕ ਦਿਖਾਓ ਮਾਰੇ, ਨਵੀਂ ਪਟਾਰੀ ਖੋਲੋ, ਇਹਦਾ ਹੀ ਮਾਰੇ ਬੋਣੀ ਕਰੀਏ ਨਵੇਂ ਮਾਲ ਦੀ। ਹਾਂਜੀ ਹਾਂਜੀ, ਆਹ ਤਾਂ ਨਵਾਂ ਮਾਲ ਆ, ਨਵੇਂ ਮਾਲ ਦੀ ਬੋਣੀ ਕਰਨੀ ਆ, ਪੀਸੇ ਨਵੇਂ ਆਏ ਆ, ਹਜੇ ਤੱਕ ਤਾਂ ਮੈਨੂੰ ਲੱਗਦਾ ਕਿਸੇ ਕਸਟਮਰ ਨੂੰ ਦਿਖਾਏ ਵੀ ਨਹੀਂ ਗਏ ਹੈਗੇ ਜੀ, ਸੋ ਆਪਾਂ ਆਪਣੇ ਬੀਬੇ ਦੇ ਘਰ ਬੈਠੇ ਉਹਨਾਂ ਨੂੰ ਦਿਖਾ ਦਈਏ। ਹਾਂਜੀ ਹਾਂਜੀ, ਤੁਸੀਂ ਇਹਦੇ ਸਕਰੀਨਸ਼ਾਟ ਲੈ ਕੇ ਆਓ, ਸਾਰੇ ਤਰ੍ਹਾਂ ਦੇ ਕਲਰ ਆ ਸਰ ਇਹਦੇ ਵਿੱਚ, ਲਓ ਜੀ ਤੁਹਾਨੂੰ ਦਿਖਾਵਾਂਗੇ ਸਾਰੀ ਵਰਾਇਟੀ, ਪਸੰਦ ਤੁਹਾਡੀ ਆ, ਕੋਈ ਤੁਸੀਂ ਵੀਡੀਓ ਕਾਲ ਕਰਕੇ ਤੁਸੀਂ ਸੈਪਰੇਟ ਸ਼ੋਪਿੰਗ ਕਰਨੀ ਚਾਹੁੰਦੇ ਤੁਸੀਂ ਉਹ ਵੀ ਕਰ ਸਕਦੇ ਹੈਗੇ ਆ, ਉਹ ਤੁਸੀਂ ਕਿਸ ਤਰ੍ਹਾਂ ਕਰ ਸਕਦੇ, ਤੁਸੀਂ ਕਾਲ ਕਰਨੀ ਵੀਡੀਓ ਕਾਲ, ਅਤੇ ਉਸਦੇ ਉੱਪਰ ਤੁਸੀਂ ਜਿਹੜੀ ਚੀਜ਼ ਦੇਖਣੀ ਚਾਹੁੰਦੇ ਤੁਸੀਂ ਬਾਅਦ 'ਚ ਦੇਖ ਸਕਦੇ, ਸਾਡੇ ਲੜਕੇ ਤੁਹਾਨੂੰ ਜ਼ਰੂਰ ਦਿਖਾ ਲੈਣਗੇ, ਠੀਕ ਹੈ ਜੀ। ਸੋ ਸਾਡੇ ਸਕਰੀਨ ਦਿੱਤੇ ਹੋਏ ਨੰਬਰ, ਤੁਸੀਂ ਕੋਈ ਸਾਈਡ 'ਤੇ ਚੀਜ਼ ਕਰਾਉਣੀ ਚਾਹੁੰਦੇ ਆ, ਸਾਈਡ 'ਤੇ ਕਰਾ ਸਕਦੇ ਹੈਗੇ ਆ। ਸਾਰਿਆਂ ਨੇ ਗੁੱਡ ਮਾਰਨਿੰਗ, ਜਿੰਨੇ ਸਾਡੇ ਨਾਲ ਜੁੜੇ ਹੋਏ ਵੀਵਰ, ਪਲੀਜ਼ ਸਾਡੀ ਵੀਡੀਓ ਜ਼ਰੂਰ ਦੇਖਿਆ ਕਰੋ, ਸਾਡਾ ਯੂਟਿਊਬ ਚੈਨਲ ਹੈਗਾ ਵਡਾੜੀ ਪੁਵੰਗਾ, ਤੁਸੀਂ ਜਲਦੀ ਸਬਸਕ੍ਰਾਈਬ ਕਰ ਲਓ, ਸਾਡੀ ਲੇਟੈਸਟ ਅਪਡੇਟ ਤੁਸੀਂ ਦੇਖ ਸਕਦੇ ਹੈਗੇ, ਆਪਾਂ ਅਪਲੋਡ ਡੇਲੀ ਵੀਡੀਓ ਕਰਦੇ ਹੈਗੇ ਹਾਂ, ਜਿਹੜੀ ਆਪਾਂ ਲਾਈਵ ਹੁੰਦੇ ਹਾਂ, ਕਈ ਵਾਰ ਤੁਸੀਂ ਲਾਈਵ ਸਾਡੀ ਮਿਸ ਕਰ ਦਿੰਦੇ, ਤੁਸੀਂ ਦੇਖਦੇ ਨਹੀਂ ਹੈਗੇ, ਇਸ ਕਰਕੇ ਆਪਾਂ ਯੂਟਿਊਬ 'ਤੇ ਅਪਲੋਡ ਕਰ ਦਈਏ, ਤੁਸੀਂ ਉਸ ਤੋਂ ਜਾ ਕੇ ਦੇਖ ਸਕਦੇ ਹੈਗੇ ਆ, ਅਤੇ ਨਾਲ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ, ਠੀਕ ਹੈ। ਜੇ ਤੁਸੀਂ ਸ਼ੇਅਰ ਕਰੋਗੇ ਤਾਂ ਤੁਹਾਡਾ ਫਾਇਦਾ ਹੈਗਾ, ਅਤੇ ਬਾਕੀ ਜਿਹੜੇ ਲੁੱਟ ਹੋ ਰਹੇ ਉਹਨਾਂ ਦਾ ਫਾਇਦਾ ਹੋ ਜਾਣਾ, ਦੇਖੋ ਕਿੰਨੇ ਕਿੰਨੇ ਪਿਆਰੇ ਏਅਰਿੰਗ ਆ ਚੁੱਕੇ ਆ, ਬਿਲਕੁਲ ਨਾਲੇ ਡੀਸੈਂਟ ਪੀਸ ਹੈਗਾ, ਲਾਈਟ ਵੇਟ ਦੇ ਵਿੱਚ ਹੈਗਾ ਆ, ਮੈਂ ਕਹਾਂਗਾ ਚੰਗੀ ਤਰ੍ਹਾਂ ਡੀਪਲੀ ਦਿਖਾ ਦਿਓ ਮਾੜਾ ਜਿਹਾ, ਦੇਖੋ ਕਿੰਨਾ ਪਿਆਰਾ ਪੀਸ ਹੈ, ਇਹ 'ਚ ਕਲਰ ਡਿਜ਼ਾਈਨ ਬਣੇ ਕਿੰਨੇ ਕਾ ਸਰ? ਕਲਰ ਇਹਦੇ ਵਿੱਚ ਸਾਰੇ ਮਿਲ ਜਾਣਗੇ, ਲਾਈਟ ਕਲਰ ਵੀ ਆ, ਡਾਰਕ ਕਲਰ ਵੀ ਆ, ਜਿੱਦਾਂ ਦਾ ਤੁਸੀਂ ਕਲਰ ਕਹਿੰਦੇ ਉੱਦਾਂ ਦੇ ਸਾਰੇ ਤਰ੍ਹਾਂ ਦੇ ਕਲਰ ਮਿਲ ਜਾਣਗੇ। ਇਹਦਾ ਰੇਟ ਹੈਗਾ ਸਿਰਫ ਔਰ ਸਿਰਫ 194 ਰੁਪਏ ਰੇਟ ਆ, ਔਰ ਵਾਲੀ ਚੁੰਮਕੀ ਦਾ ਅੱਜ ਕੱਲ੍ਹ ਇੰਨਾ ਕੁ ਟਰੈਂਡ ਆ ਕਿ ਹਰ ਓਵਰ ਏਜ ਵੀ ਪਾ ਲੈਂਦਾ ਆ, ਸਾਡੇ ਵਰਗੇ ਵੀ ਆ, ਥੋੜ੍ਹਾ ਸਾਤੋਂ ਘੱਟ ਏਜ, ਸਾਰੇ ਤਰ੍ਹਾਂ ਦੇ ਜਿਹੜੇ ਏਜ ਹੁੰਦੇ ਸਾਰੇ ਤਰ੍ਹਾਂ ਦੇ ਪਾ ਲੈਂਦੇ ਆ, ਓਵਰ ਏਜ ਵਾਲੇ ਵੀ ਪਾ ਲੈਂਦੇ, ਜਿੱਦਾਂ ਕਹਿੰਦੇ ਕਿ ਥੋੜ੍ਹੀ ਆਂਟੀ ਟਾਈਪ ਆ, ਉਹਨਾਂ ਲਈ ਵੀ ਚੀਜ਼ਾਂ ਬਹੁਤ ਸੋਹਣੀ ਸੋਹਣੀ ਚੀਜ਼ਾਂ ਆ ਇਹ। ਲਓ ਜੀ, ਚਾਹੇ ਆਂਟੀ ਟਾਈਪ ਆ ਜਾਓ, ਚਾਹੇ ਕੁੜੀਆਂ ਟਾਈਪ ਆ ਜਾਓ, ਚਾਹੇ ਤੁਸੀਂ ਗਵਲਾ ਮੇਲ ਆ ਜਾਓ, ਕੋਈ ਟੈਨਸ਼ਨ ਨਹੀਂ, ਸਾਰੇ ਤਰ੍ਹਾਂ ਤੁਹਾਨੂੰ ਮਿਲਣੇ ਆ, ਚਾਹੇ ਤੁਸੀਂ ਬੱਚਿਆਂ ਮੇਲ ਆ ਜਾਓ, ਹਰ ਤਰ੍ਹਾਂ ਤੁਹਾਨੂੰ ਮੇਲ ਮਿਲ ਜਾਣੇ, ਮੈਨੂੰ ਛੱਡੋ ਇਹਨੂੰ ਹੁਣ ਝੁਮਕੇ ਵਗੈਰਾ ਤੁਸੀਂ ਬਹੁਤ ਖਾਈ ਜਾਂਦੇ ਸਾਨੂੰ, ਮੈਨੂੰ ਲੱਗਦਾ ਝੁਮਕੇ ਸਾਨੂੰ ਸੋਹਣੇ ਲੱਗਦੇ, ਨਵੇਂ ਇੰਨੇ ਆਏ ਹੋ ਹੈ, ਚੱਲਦਾ ਹੀ ਝੁਮਕੇ ਪਏ ਆ ਜੀ, ਜਿਹੜਾ ਕੋਈ ਆਉਂਦਾ ਝੁਮਕੀ, ਹਰ ਕਿਸੇ ਨੂੰ ਝੁਮਕੀ ਬਾਲੀ, ਹਰ ਕੋਈ ਇਹੀ ਚੀਜ਼ਾਂ ਪਸੰਦ ਕਰਦਾ ਹੈ ਜੀ। ਲਓ ਜੀ, ਝੁਮਕੀ ਵੀ ਦਿਖਾਵਾਂਗੇ, ਅਤੇ ਨਾਲ ਤੁਹਾਨੂੰ ਆਪਾਂ ਏਅਰਿੰਗ ਵਗੈਰਾ ਜੋ ਹੁੰਦਾ ਮਨਿਆਰੀ ਵਿੱਚ ਜੁਲਰੀ ਵੀ ਤੁਹਾਨੂੰ ਪਤਾ ਹੀ ਆ, ਅਤੇ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਆ, ਸੋ ਤੁਸੀਂ ਹਰ ਟਾਈਮ ਵਰਾਇਟੀ ਲੱਗ ਜਾਂਦੀ, ਮੈਂ ਆਪ ਜੁਲਰੀ ਤਾਂ ਹੁਕਮ ਹੈਗਾ ਕਾਫੀ ਸਮਾਨ, ਅਤੇ ਜੁਲਰੀ ਮਨਿਆਰੀ ਵਿੱਚ ਵੀ ਇਸ ਤਰ੍ਹਾਂ ਹੀ ਆ। ਹਾਂਜੀ ਸਰ, ਮਨਿਆਰੀ ਦੇ ਵਿੱਚ ਵੀ ਇੱਦਾਂ ਹੀ ਆ, ਸਾਰਾ ਮਨਿਆਰੀ ਦੇ ਵਿੱਚ ਵੀ
ਉੱਪਰ ਐਮ ਆਰ ਪੀ ਵੀ ਲਿਖਿਆ ਹੋਇਆ, ਇਹ ਨਹੀਂ ਕਿ ਲੋਕਲੇ ਮਾਲ ਵੇਚੀ ਜਾਂਦੇ ਆ, ਬ੍ਰਾਂਡਡ ਚੀਜ਼ਾਂ ਤੁਹਾਨੂੰ ਦੇ ਰਹੇ ਹਾਂ ਉਹ ਵੀ ਘੱਟ ਰੇਟ 'ਤੇ ਦੇ ਰਹੇ ਹਾਂ ਕਿਉਂਕਿ ਸਿੱਧਾ ਮਾਲ ਡਾਇਰੈਕਟ ਆ ਰਿਹਾ ਕੰਪਨੀਆਂ ਤੋਂ। ਸੋ ਇਸ ਕਰਕੇ ਫਾਇਦੇ ਵਿੱਚ ਤੁਸੀਂ ਜਲਦੀ ਜਲਦੀ ਆ ਕੇ ਫਾਇਦਾ ਲੈ ਸਕਦੇ ਹੈਗੇ ਫਾਇਦੇ ਡਿਪੂ ਤੋਂ। ਐਮ ਆਰ ਪੀ ਹੈਗਾ 349, 349 ਦੀ ਰੇਂਜ 'ਚ ਐਮ ਆਰ ਪੀ ਆ, ਅਤੇ ਜਿਹੜੇ ਸੇਲ ਕਰ ਰਿਹਾ 286 ਰੁਪਏ ਰੇਂਜ ਦੇ ਰਿਹਾ। ਸੋ ਵਰਾਇਟੀ ਕਾਫੀ ਤੁਹਾਨੂੰ ਮਿਲ ਜਾਣੀ, ਅਲੱਗ ਅਲੱਗ ਸਟਾਈਲ ਮਿਲ ਜਾਣੇ, ਅਲੱਗ ਅਲੱਗ ਤੁਹਾਨੂੰ ਇਹਦੇ ਵਿੱਚ ਪ੍ਰੋਡਕਟ ਮਿਲ ਜਾਣੇ ਹੈਗੇ ਆ ਜਿਹੜਾ ਤੁਸੀਂ ਮਰਜ਼ੀ ਸਟਾਈਲ ਲੈ ਜਾਓ। ਆਹ ਮੈਡਮ ਕੀ ਨਾਲ ਫ੍ਰੀ ਹੈ ਜੀ ਇਹਦੇ ਹਿਮਾਲਿਆ ਦਾ? ਹਾਂਜੀ ਸਰ, ਸਾਬਣ ਆ, ਹਿਮਾਲਿਆ ਸ਼ੈਂਪੂ ਆ, ਅਡਲਟ ਜਿੱਦਾਂ ਕਹਿੰਦੇ ਕਿ ਅੱਗੇ ਹਿਮਾਲਿਆ ਬੇਬੀ ਸ਼ੈਂਪੂ ਆਉਂਦਾ ਸੀ, ਹੁਣ ਵੱਡਿਆਂ ਦਾ ਵੀ ਹਿਮਾਲਿਆ ਸ਼ੈਂਪੂ ਆ ਗਿਆ। ਅੱਗੇ ਬੱਚਿਆਂ ਦੇ ਪ੍ਰੋਡਕਟ ਆਉਂਦੇ ਹੁੰਦੇ ਸੀਗੇ, ਹੁਣ ਹਿਮਾਲਿਆ ਦੇ ਵੱਡਿਆਂ ਦੇ ਅਡਲਟ ਸ਼ੈਂਪੂ ਵਗੈਰਾ ਵੀ ਸਾਰੇ ਤਰ੍ਹਾਂ ਦੇ ਆਉਂਦੇ ਆ। ਕੋਈ ਡੈਂਡਰਫ ਵਾਲਾ ਹੋ ਗਿਆ, ਕੁਛ ਹੋ ਗਿਆ, ਸਾਰੇ ਤਰ੍ਹਾਂ ਦੇ ਸ਼ੈਂਪੂ ਨਾਲ ਇਹਦੇ ਸਾਬਣ ਫ੍ਰੀ ਆ ਹਿਮਾਲਿਆ ਦਾ। ਲਓ ਜੀ, ਸਾਬਣ ਫ੍ਰੀ ਹੈ, ਤੁਸੀਂ ਬਹੁਤ ਮੇਨ ਖਾਸੀਅਤ ਇਹਦੀ ਆ ਨਾ ਵੱਡੀ ਡਿਪੂ ਦੀ, ਜੋ ਕੋਈ ਫ੍ਰੀ ਆਉਂਦਾ ਨਾਲੇ ਉਹਦੇ ਨਾਲ ਨਾ ਬਾਸਕਟ ਟੇਬਲ ਲਾ ਕੇ ਨਾਲੇ ਜੋੜ ਦਿੰਦੇ ਆ, ਨਾਲੇ ਜੋੜ ਦੇ ਦੀ ਆ ਜੀ, ਇੱਧਰ ਉੱਧਰ ਹੋਵੇ ਨਾ, ਕਿਉਂਕਿ ਸਾਨੂੰ ਇਹ ਜਿਹੜੀ ਚੀਜ਼ ਸਾਨੂੰ ਪਿੱਛੋਂ ਜਿਹੜੀ ਚੀਜ਼ ਸਾਨੂੰ ਆਈ, ਅਸੀਂ ਚਾਹੁੰਦੇ ਕਿ ਕਸਟਮਰ ਦਾ ਫਾਇਦਾ ਹੋਵੇ। ਹਰ ਤਰ੍ਹਾਂ ਦੀ ਚੀਜ਼ ਜੋ ਵੀ ਹੁੰਦੀ ਹੈ ਕਿ ਫਾਇਦਾ ਹੋਵੇ ਕਸਟਮਰ ਦਾ, ਅਸੀਂ ਇਹੀ ਸੋਚੀਦਾ ਆ। ਲਓ ਜੀ, ਜੋ ਕੋਈ ਫ੍ਰੀ ਚੀਜ਼ ਲਾਉਂਦੀ ਸਾਨੂੰ ਫ੍ਰੀ ਹੀ ਮਿਲੂਗੀ ਹੈਗੀ। ਇਹ ਨਾਲ ਦੇਖੋ ਟੇਬ ਲਾ ਕੇ ਮਾਸਕ ਲਾ ਕੇ ਨਾਲ ਉਹਨੇ ਜੁਆਇੰਟ ਕਰ ਦਿੱਤੀ ਹੈ, ਜਿਹੜੀ ਚੀਜ਼ ਪਿੱਛੋਂ ਆਈ ਹੈ ਫ੍ਰੀ ਉਹ ਹੀ ਤੁਹਾਨੂੰ ਫ੍ਰੀ ਦਿੱਤੀ ਜਾਵੇ। ਇਹ ਨਹੀਂ ਕਿ ਫ੍ਰੀ ਵਾਲਾ ਮਾਲ ਅਸੀਂ ਰੱਖ ਲਏ ਸਾਨੂੰ ਪੈਸੇ ਦੇ ਕੇ ਦੂਜੀ ਚੀਜ਼ ਦਿੱਤੀ, ਉਹ ਸਾਡੇ ਕੰਮ ਇੱਥੇ ਹੈ ਨਹੀਂਗਾ। ਚਾਹੇ ਕੋਈ ਬੱਚਾ ਚਾਹੇ ਕੋਈ ਸਿਆਣਾ ਆ, ਹਰ ਕੋਈ ਇੱਥੇ ਇੱਕੋ ਜਿਹਾ ਗਾਈਡ ਕੀਤਾ ਜਾਂਦਾ, ਇੱਕੋ ਜਿਹਾ ਰੱਖਿਆ ਜਾਂਦਾ ਹੈ। ਇਹ ਮੈਡਮ ਕੀ ਹੈ, ਮੂੰਹ ਚਿੱਟਾ ਕਰਨ ਲਈ? ਇਹ ਸਰ ਫੇਸ਼ੀਅਲ ਕਿੱਟ ਆ, ਫੇਸ਼ੀਅਲ ਆ ਅਰੋਮਾ ਗੋਲਡ ਦੀ ਫੇਸ਼ੀਅਲ ਕਿੱਟ ਆ ਸਰ। ਇਹਦਾ ਤੁਹਾਨੂੰ ਮੈਂ ਐਮ ਆਰ ਪੀ ਦੱਸਦੀ ਹਾਂ, ਇੱਥੇ ਕਿਤੇ ਲਿਖਿਆ ਹੋਣਾ 480 ਰੁਪਈਏ ਦਾ ਐਮ ਆਰ ਪੀ ਆ। ਬਾਹਰੋਂ ਤੁਹਾਨੂੰ ਐਮ ਆਰ ਪੀ ਤੋਂ ਘੱਟ ਕਿਸੇ ਨੇ ਨਹੀਂ ਦੇਣਾ। ਸਾਡੇ ਕੋਲ ਕਿੰਨਾ? ਸਾਡੇ ਕੋਲ ਸਿਰਫ ਔਰ ਸਿਰਫ 150 ਰੁਪਈਏ ਆ। ਔਰ ਇਹ ਨਹੀਂ ਹੈਗਾ ਕਿ ਨਕਲੀ ਚੀਜ਼ ਆ, ਕੋਈ ਡੁਪਲੀਕੇਟ, ਡੁਪਲੀਕੇਸੀ ਕੋਈ ਨਹੀਂ ਹੈਗੀ, ਵਧੀਆ ਚੀਜ਼ ਆ। ਔਰ 150 ਰੁਪਏ ਦੇ ਵਿੱਚ ਤੁਹਾਨੂੰ ਕਿਤਿਓ ਨਹੀਂ ਮਿਲਣਾ, ਇਹ ਮਿਲ ਜਾਣਾ ਪਰ ਵੱਡੇ ਡਿਪੂ ਤੋਂ, ਵੱਡੇ ਡਿਪੂ ਤੇ ਮਿਲਣਾ ਜੀ, ਹੋਰ ਕਿਤੇ ਨਹੀਂ ਮਿਲਣਾ। ਮੈਂ ਤਾਂ ਹੀ ਕਿਹਾ ਮਿਲ ਜਾਣਾ ਵੱਡੇ ਡਿਪੂ ਤੋਂ, ਟੈਨਸ਼ਨ ਲੈਣ ਲੋੜ ਨਹੀਂ। ਉਹ ਵੱਡੇ ਡਿਪੂ ਆ ਕੇ ਲੈ ਕੇ ਜਾ ਸਕਦੇ, ਕੋਈ ਕਲਰ ਡਿਜ਼ਾਈਨਿੰਗ ਹਰ ਤਰ੍ਹਾਂ ਹੀ ਮਿਲ ਜਾਣੇ ਤੁਹਾਨੂੰ ਦਿਖਾ ਲਈ ਆਪਾਂ। ਸੋ ਇਹਨਾਂ 'ਚ ਵਿੱਚ ਕਲਰ ਡਿਜ਼ਾਈਨਿੰਗ ਅਲੱਗ ਅਲੱਗ ਹੈਗੇ ਆ? ਹਾਂਜੀ, ਅਲੱਗ ਅਲੱਗ। ਕੋਈ ਕਹਿੰਦਾ ਜੀ ਪਿਓਰ ਗੋਲਡ ਦੇ ਦਿਓ, ਕੋਈ ਫਰੂਟ ਵਾਲਾ ਮੰਗਦਾ, ਇੱਦਾਂ ਹਰੇਕ ਤਰ੍ਹਾਂ ਦੀ ਚੀਜ਼ ਮਿਲ ਜਾਂਦੀ। ਇੱਦਾਂ ਹੀ ਆ ਵੀ ਐਲ ਸੀ ਸੀ ਦੇ ਪ੍ਰੋਡਕਟ ਜਿਹੜੇ ਆ, ਵੀ ਐਲ ਸੀ ਸੀ ਦਾ ਫੇਸ਼ੀਅਲ ਕਿੱਟ ਬਹੁਤ ਚੱਲਦੀ ਪਈ ਆ। ਇਹਦੀ ਹੈਗੀ 570 ਰੁਪਈਏ ਦੀ ਐਮ ਆਰ ਪੀ ਆ, ਅਤੇ ਸਾਡੇ ਕੋਲ 430 ਰੁਪਏ ਦਾ ਮਿਲਣਾ। ਤੁਸੀਂ ਇਹ ਆਪਣੇ ਆਪ ਦੇਖ ਲਓ ਕਿ ਕਿੰਨਾ ਫਾਇਦਾ ਹੋ ਰਿਹਾ ਤੁਹਾਨੂੰ ਇਹਦੇ ਵਿੱਚ। ਇਹ ਤੁਸੀਂ ਆਪਣੇ ਕਸਟਮਰ ਨੂੰ ਗੋਰੇ ਚਿੱਟੇ ਕਰੀਏ ਨਾ ਕਿ ਆਪ ਵੀ ਵਰਤੇ ਦੇਖਿਆ ਕਦੀ? ਨਹੀਂ ਸਰ, ਆਪਾਂ ਨੂੰ ਤਾਂ ਸਾਨੂੰ ਅਸੀਂ ਕਹੀਏ ਕਿ ਅੰਦਰੇ ਰਹਿੰਦਾ ਸੀ, ਉਦੋਂ ਗੋਰੇ ਚਿੱਟੇ ਬਹੁਤ ਹੋਈ ਜਾਂਦੇ, ਸਾਨੂੰ ਲੋੜ ਹੀ ਨਹੀਂ ਪੈਂਦੀ ਵਰਤਣ ਦੀ, ਪਰ ਚੀਜ਼ਾਂ ਵਧੀਆ ਆ। ਚੀਜ਼ਾਂ ਵਧੀਆ ਵੀ ਆਪਾਂ ਮਾਰਾ, ਤੁਹਾਨੂੰ ਪਤਾ ਏਸੀ 'ਚ ਰਹਿਣਾ ਫਿਰ ਮਾਰਾ ਆਪੇ ਚਿੱਟੇ ਹੋਣਾ, ਠੀਕ ਹੈ? ਆਪੇ ਚਿੱਟੇ ਹੋ ਜਾਂਦੇ ਏਸੀ 'ਚ ਰਹੀਦਾ, ਤਾਂ ਆਪਾਂ ਅਸੀਂ ਦੇਖੀ ਦੀ ਨਹੀਂ, ਨਾ ਸਿਆਲਾ ਨੂੰ ਨਾ ਗਰਮੀ ਨੂੰ, ਤੁਹਾਨੂੰ ਪਤਾ ਨਹੀਂ ਤਾਂ ਪੂੰਦੀ ਆਪਾਂ ਦੇਖਦੇ ਨਹੀਂ, ਤਾਂ ਹੀ ਵਿਟਾਮਿਨ ਡੀ ਦੀ ਘਾਟ ਹੋਈ ਜਾਂਦੀ ਇਹਨਾਂ ਨੂੰ, ਪਤਾ ਨਹੀਂ ਵਿਟਾਮਿਨ ਸੀ ਪਤਾ ਨਹੀਂ ਡੀ ਪਤਾ ਨਹੀਂ ਘਾਟ ਜ਼ਰੂਰ ਵਾ ਉਹਦਾ, ਅਤੇ ਵਿਟਾਮਿਨ ਡੀ ਦੀ ਘਾਟ ਹੋਈ ਜਾਂਦੀ, ਇਸ ਕਰਕੇ ਧੁੱਪ ਸੇਕ ਲਿਆ ਕਰੋ, ਐਤਵਾਰ ਖੁਸ਼ ਛੁੱਟੀ ਹੁੰਦੀ, ਧੁੱਪੇ ਪੈ ਜਾ ਕਰੋ ਸਾਰੀ ਦਿਹਾੜੀ, ਠੀਕ ਹੈ? ਮੈਨੂੰ ਕੋਈ ਛੁੱਟੀ ਨਹੀਂ ਹੈਗੀ, ਨਾ ਐਤਵਾਰ ਨਾ ਸੋਮਵਾਰ। ਮੈਂ 365 ਦਿਨੇ ਕਹਿ ਲਓ ਕਿ 365 ਦਿਨ ਦੁਕਾਨ 'ਤੇ ਹੁੰਦੀ ਹੈ। ਲਓ ਜੀ, ਆਪਣਾ ਜਨਮਦਿਨ ਵੀ ਇੱਥੇ ਮਨਾਉਂਦੇ ਆ ਜੀ ਇਹ, ਜਨਮਦਿਨ ਇੱਥੇ ਹੀ ਆ। ਲਓ ਜੀ, ਠੀਕ ਹੈ, ਗੱਲਾਂ ਵੀ ਕਰਾਂਗੇ ਨਾਲ। ਆਹ ਦਿਖਾ ਲਓ, ਆਹ ਕੀ ਰੱਖਿਆ ਆ? ਇਹ ਡਰਾਇੰਗ ਵਾਲਾ ਸਮਾਨ? ਇਹ ਬੀਬੀਆਂ ਦੀ ਡਰਾਇੰਗ ਵਾ ਜੀ। ਅੱਛਾ ਅੱਛਾ, ਮੈਂ ਕਿਹਾ ਡਰਾਇੰਗ ਰੂਮ ਭਾਵੇਂ ਡਰਾਇੰਗ ਨਿਆਣੇ ਵਾਸਤੇ ਸ਼ਾਇਦ ਵੀ ਰੱਖਿਆ ਹੋਵੇ ਇੱਥੇ। ਇਹ ਸਰ ਹੈਗੇ ਆਈ ਸ਼ੈਡਡ ਆਈ ਪੈਲਟ ਕਿੱਟ ਵਾ ਸਰ, ਇਹ ਬਹੁਤ ਸੋਹਣੀ ਹੈ। ਇਹਦੇ ਵਿੱਚ 41 ਤਰ੍ਹਾਂ ਦੇ ਕਲਰ ਵਾ, ਮੈਟ ਦੇ ਵਿੱਚ ਵੀ ਆ, ਸ਼ਿਮਰ ਵੀ ਆ, ਜੋ ਮਤਲਬ ਕਹਿੰਦੇ ਆ ਬਲਸ਼ਰ ਵਗੈਰਾ ਸਾਰਾ ਕੁਛ ਤਰ੍ਹਾਂ ਦਾ ਹਰੇਕ ਚੀਜ਼ ਵਾ ਇਹਦੇ ਵਿੱਚ। ਇਹਦੀ ਐਮ ਆਰ ਪੀ ਹੈਗੀ ਆ ਸਰ 699 ਰੁਪਈਏ, ਅਤੇ ਸਾਡੇ ਕੋਲ ਮਿਲਣਾ ਇਹ 529 ਰੁਪਈਏ। ਇਹ ਤੁਸੀਂ ਖੁਦ ਦੇਖ ਸਕਦੇ ਹੋ ਕਿ ਤੁਹਾਨੂੰ ਇਹਦੇ ਵਿੱਚ ਕਿੰਨਾ ਫਾਇਦਾ ਹੋ ਰਿਹਾ। ਆਹ ਸਰ ਇਹਦੀ ਐਮ ਆਰ ਪੀ ਲਿਖੀ ਹੋਈ 699 ਰੁਪਈਏ, 529 ਰੁਪਈਏ ਸਾਡੇ ਕੋਲ ਇਹਦਾ ਰੇਟ ਆ। ਆਹ ਚੀਜ਼ ਆ ਬਹੁਤ ਮਾੜਾ, ਤੁਸੀਂ ਲੈ ਕੇ ਜਾ ਸਕਦੇ ਹੈਗੇ ਆ। ਜੇ ਤੁਸੀਂ ਯੂਜ਼ ਨਹੀਂ ਵੀ ਕਰਨੀ, ਨਿਆਣੇ ਡਰਾਇੰਗ ਸਿੱਖਣਾ ਚਾਹੁੰਦੇ, ਡਰਾਇੰਗ ਕਰਦੇ ਹੈਗੇ, ਉਹਨਾਂ ਇੱਕ ਬੁਰਸ਼ ਦੇ ਨਾਲ ਰੱਖ ਥੋੜ੍ਹੇ ਪਾਣੀ, ਸੋ ਮਾਰੇ ਉਹਨੇ ਆਪੇ ਕਲਰ ਲਾ ਕੇ ਅਤੇ ਡਰਾਇੰਗ 'ਚ ਕਰੰਗ ਭਾਣੇ ਸਿੱਖ ਰਹੇ ਹਾਂ। ਸੋ ਮੈਡਮ ਤੁਹਾਨੂੰ ਲਾਸਟ ਵਿੱਚ ਕੀ ਦਿਖਾਉਣਾ ਚਾਹੁੰਦੇ? ਜਲਦੀ ਆ ਜਾਓ, ਕਿਉਂਕਿ ਟਾਈਮ ਦੀ ਘਾਟ ਕਰਕੇ ਸਾਨੂੰ ਵੀ ਥੋੜ੍ਹਾ ਕੰਮ ਹੈਗੇ ਕਾਫੀ, ਸੋ ਅਸੀਂ ਵੀ ਥੋੜ੍ਹੇ ਬਿਜ਼ੀ ਹੈਗੇ ਹਾਂ। ਇਸ ਕਰਕੇ ਤੁਸੀਂ ਜਲਦੀ ਜਲਦੀ ਸਾਨੂੰ ਘੱਟ ਸਮੇਂ ਵਿੱਚ ਵੱਧ ਤੋਂ ਵਰਾਇਟੀ ਦਿਖਾ ਦਿਓ, ਸਾਡੇ ਵੀਵਰ 'ਚ ਜੁੜੇ ਹੋਏ ਆ। ਇਹ ਕੀ ਆ ਸਰ? ਇਹ ਬੈਂਗਲਸ ਵਾ, ਜਿੱਦਾਂ ਸੈੱਟ ਬਣੇ ਬਣਾਏ ਹੁੰਦੇ ਆ ਕਿ ਕਹਿੰਦੇ ਕਿ ਸਾਨੂੰ ਸੈੱਟ ਚਾਹੀਦੇ ਚੂੜੀਆਂ ਦੇ ਨਾਲ, ਜਿੱਦਾਂ ਸੂਟਾਂ ਦੇ ਨਾਲ ਮੈਚਿੰਗ ਕਰਨ ਨੂੰ, ਹਰ ਤਰ੍ਹਾਂ ਦੇ ਤੁਹਾਨੂੰ ਸੈੱਟ ਮਿਲ ਜਾਣਗੇ ਇੱਥੋਂ। ਲਓ ਜੀ, ਤੁਸੀਂ ਹਰ ਤਰ੍ਹਾਂ ਸੈੱਟ ਲੈ ਕੇ ਜਾ ਸਕਦੇ ਹੈਗੇ ਆ, ਅਲੱਗ ਅਲੱਗ ਤੁਸੀਂ ਕਲਰ ਲੈ ਜਾਓ, ਅਲੱਗ ਅਲੱਗ ਤੁਸੀਂ ਸਾਈਜ਼ ਲੈ ਜਾਓ, ਰੇਟ ਇੱਕੋ ਹੀ ਆ। ਰੇਟ ਇੱਕੋ ਹੀ ਆ ਸਰ, ਇਹ 281 ਰੁਪਏ ਦੀ ਚੂੜੀ ਆ, ਬਾਹਰੋਂ ਤੁਹਾਨੂੰ 400 ਤੋਂ ਘੱਟ ਕਿਸੇ ਨੇ ਦੇਣੀ ਨਹੀਂ ਹੈਗੀ। ਲਓ ਜੀ, ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਹੈਗੇ ਆ, ਜੈਂਟਲੀ ਜੈਂਟਲੀ ਸ਼ੇਡਸ ਹੈਗੇ ਆ, ਜੈਂਟਲੀ ਜੈਂਟਲੀ ਕਲਰ ਜਾਣਗੇ, ਕਲਰ ਵੀ ਮਿਲ ਜਾਣਗੇ, ਸਾਰੇ ਤਰ੍ਹਾਂ ਦੇ ਸਾਈਜ਼ ਕਲਰ ਮਿਲ ਜਾਂਦੇ ਆ ਇਹਨਾਂ ਵਿੱਚ। ਲਓ ਜੀ, ਕਲਰ ਤੁਹਾਨੂੰ ਅਲੱਗ ਅਲੱਗ ਮਿਲ ਜਾਣੇ ਹੈਗੇ ਆ।
ਉਹਨੂੰ ਸਾਈਡ ਤੇ ਕਰੋ ਰੱਖੋ ਤਾਂ ਵਧੀਆ ਗੱਲ ਹੈਗਾ। ਸੋ ਤੁਸੀਂ ਕੋਈ ਚੀਜ਼ ਚੰਗੀ ਲੱਗਦੀ ਆ ਇਹਨਾਂ ਨੂੰ ਸਕਰੀਨਸ਼ਾਟ ਲੈ ਕੇ ਤੁਸੀਂ ਸਾਈਡ ਤੇ ਕਰਾ ਸਕਦੇ ਹੈਗੇ ਆ। ਆਨਲਾਈਨ ਤੁਸੀਂ ਸ਼ਾਪਿੰਗ ਕਰਨੀ ਚਾਹੁੰਦੇ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੁਸੀਂ ਵੀਡੀਓ ਕਾਲ ਕਰਕੇ ਜਿਹੜੀ ਚੀਜ਼ ਮੰਗਵਾਉਣੀ ਚਾਹੁੰਦੇ ਤੁਸੀਂ ਮੰਗਵਾ ਸਕਦੇ ਹੈਗੇ ਆ। ਤੁਹਾਡੇ ਆਊਟ ਆਫ ਕੰਟਰੀ ਆਊਟ ਆਫ ਸਟੇਟ ਸਾਰੇ ਪਾਰਸਲ ਜਾਂਦੇ ਹੈਗੇ ਆ। ਸੋ ਚੇਂਜ ਚੀਜ਼ ਕਰਨੀ ਹੈ ਕਿ 11 ਤੋਂ ਪਹਿਲਾਂ ਪਹਿਲਾਂ ਚੇਂਜ ਕਰ ਸਕਦੇ। ਮੰਡੇ ਟੂ ਸੈਟਰਡੇ ਆਪਾਂ ਲਾਈਵ ਆਈ ਹੈਗਾ, ਸੰਡੇ ਵੀ ਆਪਣਾ ਸਟੋਰ ਓਪਨ, ਸੰਡੇ ਆ ਕੇ ਤੁਸੀਂ ਹਰ ਤਰ੍ਹਾਂ ਦੀ ਸ਼ਾਪਿੰਗ ਕਰ ਸਕਦੇ ਹੈਗੇ। ਸੋ ਥੈਂਕ ਯੂ ਕਰਦੇ ਹਾਂ, ਮੰਡੇ ਤੁਹਾਡੇ ਵਾਸਤੇ ਕੁਝ ਖਾਸ ਲੈ ਕੇ ਆਵਾਂਗੇ। ਥੈਂਕ ਯੂ, ਗੋਡ ਬਲੈਸ ਯੂ ਆਲ।